ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਸੱਚ ਆਵਾਜ਼ ਟੀਵੀ ਦੀ ਟੀਮ ਇਸ ਟਾਈਮ ਸਹਿਸਾਲਾ ਦੇ ਵਿੱਚ ਮੌਜੂਦ ਹੈ ਅਸਾਂ ਸਾਬਕ ਡਿਪਟੀ ਸਪੀਕਰ ਕੇਪੀਕੇ ਮੁਹੰਮਦ ਨਵਾਜ਼ ਖਾਨ ਦੇ ਡੇਰੇ ਤੇ ਮੌਜੂਦ ਆ ਜਿਹੜੇ ਕਿਸੇ ਤਾਰਫ ਤੇ ਮੁਤਾਜ ਨਹੀਂ ਉਹਨਾਂ ਦੇ ਬੇਟੇ ਕਾਦਰ ਨਵਾਜ਼ ਖਾਨ ਨਾਲ ਅਸੀਂ ਗੁਫ਼ਤਗੂ ਕਰਸਾਂ ਉਹ ਇਸ ਬਾਰੇ ਚ ਕੀ ਆਖਦੇ ਨੇ ਅਸਲਾਮੁ ਅਲੈਕੁਮ ਕੀ ਹਾਲ ਹੈ ਸੁਣਦਾ ਠੀਕ ਹੋ ਜੀ ਠੀਕ ਹੋ ਹਰ ਕਦੇ ਆਓ ਮੋਸਟ ਵੈਲਕਮ ਅੱਛਾ ਇਹ ਦੱਸੋ ਕਿ ਤੁਸੀਂ ਨੇ ਬੇਸਿਕ ਜਿਹੜੀ ਐਜੂਕੇਸ਼ਨ ਨੇ ਉਹ ਕਿੱਥੋਂ ਹਾਸਲ ਕੀਤੀ ਹੈ जी रहमान रहीम मेरी बुनियादी जी तलीम है जी बेसिकली मैं दो एम बी एते हुए एक एम बी ए में ह्यूमन रिसोर्स मैनेजमेंट यूके तो की है एक इस्लामाबाद तो तू मार्कटिंग जी ते बस है बस वक्त गुजारने हैं पे एमबी ए में ह्यूमन रिसोर्स मैनेजमेंट बरतानिया तू उस तौर कोई मैनेजमेंट के डिपलोम नेतूँ किएं ਇਸ ਤੋਂ ਪਹਿਲੇ ਜਿਹੜਾ ਹੈ ਮਾਰਕੀਟਿੰਗ ਵਿੱਚ ਐਮਬੀਏ ਮੈਂ اسلامਬਾਦ ਤੋਂ ਕਰਕੇ ਆਦਾਂ ਹੈ ਤੇ ਚ ਔਰ ਇੱਥੇ ਦੀ ਪਾਕਿਸਤਾਨ ਦੀ ਸਿਆਸਤ ਵਿੱਚ ਕਿੰਨਾ ਫਰਕ ਹੈ ਔਰ ਡੈਫੀਨਿਟਲੀ ਬਹੁਤ بڑا ਫਰਕ ਹੈ ਜੀ ਬਹੁਤ بڑا ਫਰਕ ਹੈ ਮਤਲਬ ਜਿਹੜੀ ਚੀਜ਼ਾਂ ਇੱਥੇ ਅਸੀਂ ਮੁਸ਼ਾਇਦਾ ਕਰਨੇ ਆ ਉੱਥੇ ਉਹ ਨਾ ਮੁਮਕਨ ਨੇ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਇੱਕ ਕਸਾ ਦਸਾਂ 2010 ਜਾਂ 11 ਵਿੱਚ ਜਦੋਂ ਮੈਂ ਉੱਥੇ ਆ ਤੇ ਮੈਂ ਆਪਣੇ ਕਾਰ ਆ ਕਿਸੇ ਬੰਦੇ ਨੇ ਦਰਵਾਜ਼ਾ ਨੌਕ ਕੀਤਾ ਦਰਵਾਜ਼ਾ ਖੁੱਲਤਾ ਮੈਂ ਬਾਹਰ ਗਿਆ ਇੱਕ ਯੰਗ ਜਹਾੜਮੀ ਹੈ ਆ ਬੈਗ ਉਸ ਕੱਡੇ ਗਲੇ ਵਿੱਚ ਲਟਕਾਇਆ ਦਿਆ ਤੇ ਮਾ ਉਸ ਕੁਝ ਆਪਣੇ ਬਰੌਸ਼ਰਸ ਦੇਤੇ ਤੇ ਤਾਰਫ ਕਰਾਇਆ ਕਿ ਯਾਰ ਮੈਂ ਮੈਂਬਰ ਪਾਰਲੀਮੈਂਟ ਹਸਤੇ ਤਿਆਰੀ ਪੈ ਕਰਨਾ ਔਰ ਕੈਂਪੇਨ ਚਲਾਨਾ ਆਪਣੀ ਇਲੈਕਸ਼ਨ ਦੀ ਤੇ ਮੈਂ ਸਰਪ੍ਰਾਈਜ਼ ਹਾਂ ਕਿ ਇੱਕ ਸਿੰਗਲ ਆਦਮੀ ਜਿਹੜਾ ਹੈ ਡੋਰ ਟੂ ਡੋਰ ਆਪਣੇ ਪੈਰਾਂ ਉਤੇ ਫਿਰਦਾ ਪਿਆ ਅਸਾਂ ਦਾ ਤੇ ਨਿਜ਼ਾਮ ਕੁਝ ਹੋਰ ਹੈ ਜਾਓ ਜਲਾਲ ਨਾਲ ਜਹਾਂ ਤੱਕ ਫਿਰਨਾ ਬੜੀ ਗੱਲ ਇਲੈਕਸ਼ਨ ਦੀ ਖਿਦਮਤ ਦਾ ਅੰਦਾਜ਼ ਕੁਝ ਹੋਰ ਹੈ ਜਿਸਾ ਅਸੀਂ قومی ਸਤਾ ਉਤੇ بار بار ਜ਼ੇਰੇ ਬਸ ਹਰ ਨੇ ਕਿ ਭਈ ਗ੍ਰੋਸ ਰੂਟ ਲੈਵਲ ਉਤੇ ਲੋਕਾਂ ਨਾ ਲੋਕਾਂ ਦੀ ਨੁਮਾਇੰਦਗੀ ਹੋਵੇ ਔਰ ਖidmat ਹੋਵੇ ਉਹ ਅਸਲ ਵਿੱਚ ਉਥੇ ਮੈਂ ਦੇਖ ਕੇ ਆਇਆ ਤਾਂ तमामतर اختیارات ਉਥੇ ਯੂਨੀਅਨ ਕੌਂਸਲ ਦੀ ਸਤਾ ਉਤੇ ਲੋਕਾਂ ਦਿੱਤੇ ਜੁਲਦਨ ਉਥੇ ਨੁਮਾਇਦਿਆਂ ਦਿੱਤੇ ਜੁਲਦਨੇ ਇਸ ਪੇਚ ਇਵਨ ਕੇ ਸੋਸ਼ਲ ਬੈਨੀਫਿਟਸ ਵੀ ਆ ਨੇ ਬੇਰੋਜ਼ਗਾਰਾਂ ਸਤੇ ਗਲੀਆਂ ਦੀਆਂ ਸਫਾਈਆਂ ਵੀ ਆ ਨੇ ਟੈਕਸ ਕਲੈਕਸ਼ਨ ਵੀ ਹੈ ਵੇ तमामतर ਸਕੂਲਿੰਗ ਹਸਪੀਟਲ ਸਭ ਕੁਝ ਤੁਸੀਂ ਯੂਨੀਅਨ ਕੌਂਸਲ ਮੋਈਆ ਕਰਦੀ ਹੈ। ਪਾਕਿਸਤਾਨ ਦੀ ਅਗਰ ਅਸੀਂ ਗੱਲ ਕਰਾਂ ਤੇ ਇੱਥੇ ਹਰ ਇੱਕ ਸ਼ਹਿਰ ਅਸੰਦੇ ਐਮ ਐਨ ਏ ਸਾਬਾਨ ਕੋਲ ਹੁੰਦੀ ਹੈ ਜਾਂ ਸੂਬਾਈ ਅਸੈਂਬਲੀ ਦੇ ਮੈਂਬਰਾਨ ਕੋਲ ਹੁੰਦੀ ਹੈ। ਜਾਂ ਜਿਹੜੇ ਜ਼ਿਲ੍ਹੇ ਦੋਦਾਰਾਨ ਹੁੰਦੇ ਨੇ ਉਹਨਾਂ ਕੋਲ ਹੁੰਦੀਆਂ ਨੇ। ਤੇ ਬਹੁਤ ਫਰਕ ਹੈ ਉੱਥੇ ਦੀ ਸਿਆਸਤ ਹੋਰ ਇੱਥੇ ਦੀ ਸਿਆਸਤ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਹੈ। ਅਸੀਂ ਤਾਂ ਖੁਸ਼ਕਰ ਕਰਨੀ ਹੈ ਜੀ ਕਿ ਇਹ ਜਨ ਨਿਜ਼ਾਮ ਅਸੰਦੇ ਮੁਲਕ ਵਿੱਚ ਆਵੇ। ਬਲਕਿ ਅਫਸੋਸ ਨਾਲ ਇਹ ਗੱਲ ਕਰਨੀ ਪੈਂਦੀ ਹੈ ਕਿ ਅਸਲ ਜਿਹੜੇ ਅਸਾਂ ਦੇ ਬਜ਼ੁਰਗਾਂ ਦੇ ਜਾਂ ਅਸਾਂ ਦੇ ਜਿਹੜੇ ਅਸਲ ਜਿਹੜੇ ਹਕੀਕੀ ਜਿਹੜੇ ਕਾਇਦ ਹੈ ਰੂਹਾਨੀ ਔਰ ਮਜ਼ਬੀ ਜਿਨ੍ਹਾਂ ਦੇ ਅਦਵਾਰ ਵਿੱਚ ਹਕੂਮਤਾਂ ਰਹੀਆਂ ਔਰ ਉਹਨਾਂ ਕਾਮਯਾਬੀਆਂ ਕੀਤੀਆਂ ਔਰ ਉਹਨਾਂ ਨੇ ਕਾਮਯਾਬੀਆਂ ਕਰਕੇ ਦਸੀਆਂ ਔਰ ਤਰ੍ਹਾਂ ਤਰ੍ਹਾਂ ਬਰਾਜ਼ਮਾਂ ਦੇ ਹਕੂਮਤਾਂ ਕੀਤੀਆਂ ਤੇ ਕਿਸੇ ਅਸੂਲ ਨਾਲ ਕੀਤੀਆਂ ਆਈਆਂ ਕੋਈ ਜੋ ਜਲਾਲ ਨਹੀਂ ਹੈ ਉਹਨਾਂ ਉਹਨਾਂ ਦਾ ਅੱਗੇ ਪਿੱਛੇ ਕੋਈ ਜਾਂ ਕੋਈ ਮਾਮਲਾ ਨਹੀਂ ਆਇਆ ਅਤੇ ਬਿਹਤਰੀਨ ਹਕੂਮਤਾਂ ਕਰਕੇ ਦਸਿਆਨ ਤੇ ਉਹਨਾਂ ਦੀ ਹਕੂਮਤਾਂ ਹੀ ਬੁਨਿਆਦੀ ਤੌਰ ਤੇ ਇਹਨਾਂ ਆਪਣੇ ਉਸੂਲ ਬਣਾ ਕੇ ਅੱਜੇ ਕਾਮਯਾਬੀ ਬਹਸਲ ਕਰਦੇ ਨੇ ਜਿਹੜੀ ਬਦਕਿਸਮਤੀ ਇਹਨਾਂ ਅਸੀਂ ਨਾ ਬੇਕਾਰ ਰੱਖਦੇ ਅਸੀਂ ਕੁਝ ਹੋਰ ਮਾਮਲਿਆਂ ਵਿੱਚ ਫਸ ਗਏ ਆ ਹਕੀਕਤ ਤੋਂ ਦੂਰ ਹੋ ਕੇ ਅੱਲਾ ਕਰੇ ਅੱਲਾ ਕੇ ਦੁਆ ਗੋਆਂ 75 ਸਾਲ ਹੋ ਗਏ ਨੇ ਇਸ ਮੁਲਕੇ ਚ ਇਸਲਾਮ ਦੇ ਨਾਂ ਤੇ ਬੜਾਇਆ ਗਿਆ ਤੇ ਅੱਲਾ ਕਰੇ ਕਿ ਇਸ ਮੁਲਕੇ ਸ਼ਰੀਅਤ نافذ ਹੋਵੇ ਔਰ ਇਹ ਜੇ ਕਾਬਲ ਲੋਕ ਆਉਣ ਜਿਨਾ ਕੋਈ ਦਿਨ ਨਾਲ دلچਸਪੀ ਹੋਵੇ ਤੇ ਫਿਰ ਇਨਸ਼ਾ ਅੱਲਾਹ ਤਾਲਾ ਸ਼ੌਕ ਤੇ ਜਾਨ ਹਰ ਇਨਸਾਨ ਦੇ ਹੁੰਦੇ ਨੇ شکار ਦਾ ਸ਼ੌਕ ਏ ਸਵਿਮਿੰਗ ਵੀ ਜਾਨ ਕੀਤੀ ਫਰਨੇਟਨ ਦਾ ਵੀ ਸ਼ੌਕ ਏ ਖਾਸ ਤੌਰ ਤੇ ਨਾਰਦਰਨ ਏਰੀਆ ਦਾ ਬੜਾ ਸ਼ੌਕ ਏ ਫਰਨੇਟਨ ਦਾ ਤੋਂ ਸ਼ਹਿਰ ਹੁੰਦੇ ਗੱਪਾ ਸ਼ਪਾ ਦਾ ਸ਼ੌਕ ਏ ਨਾਰਮਲ ਬਣਾ ਜੀ ਸਾਰੇ ਸ਼ੌਕ ਏ ਕਾਮ ਆਦਮੀ ਜਿਸ ਤਰ੍ਹਾਂ ਹੁੰਦੇ ਨੇ ਤੇ ਇੱਕ ਮੌਲੇ ਚ ਵੱਡਾ ਹੋਇਆ ਉਹ ਜ ਮੌਲਿਆ ਕਿ ਉਸ ਮਾਜੀ ਖidmat ਹੀ ਦੇਖੀ ਬਚਪਨ ਤੋਂ ਖੁਦਾ ਬਖਸ਼ੇ ਆਪਣੇ ਵਾਲਾ ਸਾਹਿਬ ਟਾਈਮ ਤੇ ਕਿ ਨਾ ਰਾਤ ਹੁੰਦੀ ਨਾ ਦਿਹਾੜ ਹੁੰਦੀ ਕੋਈ ਨਾ ਕੋਈ ਆਂਦਾ ਆ ਆਪਣੇ ਮਸਾਇਲ ਕਨ ਕੇ ਉਹਨਾਂ ਸਪੋਰਟ ਕਰਦੇ ਉਹਨਾਂ ਦੇ ਮਸਾਇਲਾ ਹਲ ਕਰਦੇ ਚੁਰਗੇ ਦੀ ਸੂਰਤ ਹੈ ਕਿਸੇ ਵੀ ਸੂਰਤ ਵਿੱਚ ਕੋ ਮਾਲੀਮਦਦ ਹੋਵੇ ਕੋ اخਲਾਕੀ ਮਦਦ ਹੋਵੇ ਤੇ ਉਹ ਖਾਹਿਸ਼ ਜ਼ੈਰੀ ਗਲੇ ਅੱਗੇ ਅਸਾਂਝ ਵੀ ਟ੍ਰਾਂਸਫਰ ਹੋਈ ਦੀ ਬਟਨ ਫੋਰਚਨਟਲੀ ਇਨਸਾਨ ਇਸ ਟਾਈਮ ਹਰ ਬੰਦਾ ਆਪਣੀ ਫੈਮਿਲੀ ਦੇ ਮਾਮਲਾਤ ਇਸ ਕਦਰ ਫਸਿਆ ਹੋਇਆ ਹੈ ਕਿ ਉਹ ਬਾਹਰ ਸੋਚਣਾ ਜ਼ਰਾ ਸਸਤੇ ਮੁਸ਼ਕਲ ਹੋਇਆ ਹੈ ਲੇਕਿਨ ਫਿਰ ਵੀ ਅਲਹਮਦੁਲਿਲਾ ਅਲਹਮਦੁਲਿਲਾ ਜੋ ਪੋਸਿਬਲੀ ਕਿਸੇ ਨਾਲ ਅਚਾਈ ਹੋਗ ਦੀ ਹੈ ਕੋਸ਼ਿਸ਼ ਹੁੰਦੀ ਹੈ ਕਿ ਕਿਤੇ ਜੁਲੇ ਬਿਲਕੁਲ ਉਹ ਇੱਕ ਬੜੇ ਪ੍ਰਾਈਮ ਦੌਰ ਵਿੱਚ ਰਹੇ ਜੀ ਜਿਸ ਦੌਰ ਵਿੱਚ ਅਗਰ ਤੁਸੀਂ ਕੌਮੀ ਸਤਾ ਤੇ ਦੇਖੋ ਸੁਬਾਈ ਸਤਾ ਤੇ ਦੇਖੋ ਉਹ ਲੋਕ ਸਿਆਸਤ ਵਿੱਚ ਆਏ ਜਿਨ੍ਹਾਂ ਲੋਕਾਂ ਨੇ ਆਪਣੀਆਂ ਜਦਾਦਾਂ ਵੇਚ ਕੇ ਸਿਆਸਤ ਕੀਤੀ ਹੈ ਉਹ ਲੋਕ ਸਿਆਸਤ ਵਿੱਚ ਆਏ ਨੇ ਖਿਦਮਤ ਦੇ ਨਜ਼ਰੀਏ ਨਾਲ ਉਹ ਲੋਕ ਸਿਆਸਤ ਵਿੱਚ ਇਸ ਨਜ਼ਰੀਏ ਨਾਲ ਨਹੀਂ ਆਏ ਕਿ ਕਾਰੋਬਾਰ ਕਰ ਸੋਣ ਹੁਣ ਤੇ ਰਿਵਰਸ ਹੈ ਨਾ ਹੁਣ ਲੋਕ ਸਿਆਸਤ ਤੇ ਚਾਹੁੰਦੇ ਨੇ ਕਾਰੋਬਾਰ ਹਸਤੇ ਮਫਾਦਾਤ ਹਸਤੇ ਆਪੇ ਆ ਡਬਲ ਟ੍ਰਿਪਲ ਕਰਨੇ ਹਸਤੇ ਤੇ ਅਸਾਂ ਆਪਣੇ ਵਾਲਦ ਸਾਹਿਬ ਆ ਦੇਖਿਆ ਹੈ ਕੋਈ ਜਲਸਾ ਪਿਆ ਹੁੰਦਾ ਹੈ ਤੇ ਜਾਈਆਂ ਵੇਚੀਆਂ ਨੇ ਕਰੇ ਕਨਵੈਨਸ਼ਨ ਤੇ ਆਪਣੀਆਂ ਜਾਈਆਂ ਵੇਚੀਆਂ ਨੇ ਆਪਣੀ ਜਦਾਦ ਵੇਚ ਕੇ ਸਾਰੀ ਉਮਰ ਉਹਨਾਂ ਸਿਆਸਤਾਂ ਕੀਤੀਆਂ ਤੇ ਮੇਰੇ ਇਲਮ ਦੇ ਮੁਤਾਬਕ 77 ਜਦੋਂ ਅਕਾਊਂਟੇਬਿਲਟੀ ਸ਼ੁਰੂ ਹੋਈ ਜਿੰਨੇ ਲੋਕ ਬੋਧ ਸਾਹਿਬ ਦੀ ਹਕੂਮਤ ਵਿੱਚ ਆਏ ਅਕਾਊਂਟੇਬਿਲਟੀ ਹੋਈ ਸਾਰਿਆਂ ਬੜੇ ਲੋਕ ਉਸ ਵਿੱਚ ਅਰੈਸਟ ਵੀ ਹੋਏ ਤੇ ਕੁਝ ਚੰਦ ਲੋਕ ਗਏ ਜਿਨ੍ਹਾਂ ਅਕਾਊਂਟੇਬਿਲਟੀ ਲਈ ਵੀ ਕੁਝ ਨਹੀਂ ਕਰ ਰਕੇ ਜਿਨ੍ਹਾਂ ਅਜ ਮੇਰੇ ਵਾਲਦ ਸਾਹਿਬ ਵੀ ਹੈ ਇਹ ਫਖਰੀਆ ਇੱਕ ਮੈਂ ਗੱਲ ਕਰ ਰਖਣਾ ਕਿ ਉਹ ਇੱਕ ਇੰਚ ਹੈ ਉਹ ਇੱਕ ਇੰਚ ਇੱਕ ਮਾਮੂਲੀ ਜਿਹਾ ਜ਼ਰਾ ਵੀ ਨਹੀਂ ਸਾਬਤ ਕਰ ਰਕੇ ਕਿ ਇਹਨਾਂ ਨੇ ਕੋ ਮੋਟੇ ਜਿਹੜਾ ਕੁਝ ਬੜਾਇਆ ਹੋਵੇ ਜਾਂ ਕੀਤਾ ਹੋਵੇ ਕਿਉਂਕਿ ਮੈਂ ਪਹਿਲੇ ਜਿਸ ਤਰ੍ਹਾਂ ਗੁਜ਼ਾਰਿਸ਼ ਕੀਤੀ ਨਾ ਕਿ ਆਪਣੀ ਜਦਾਦਾਂ ਪਿਉ ਦਾਦੇ ਦੀ ਵੇਚ ਕੇ ਉਹਨਾਂ ਸਿਆਸਤ ਕੀਤੀ ਹੈ ਜਿਨ੍ਹਾਂ ਕੋਲ ਇਹ ਨਜ਼ਰੀਆ ਹੁੰਦੇ ਨਾ ਉਹ ਮਾਰ ਨਹੀਂ ਖਾਂਦੇ ਉਹਨਾਂ ਉਹਨਾਂ ਮਰਦੇ ਅੱਜ ਅਗਰ 30 ਸਾਲ ਉਹਨਾਂ ਇਸ ਦੁਨੀਆ ਤੋਂ ਗਿਓ ਹੋ ਗਏ ਨੇ ਅੱਜ ਵੀ ਲੋਕ ਉਹਨਾਂ ਦਾ ਰਿਗਾਰਡ ਕਰਦੇ ਨੇ ਜਾਂ ਇੱਜ਼ਤ ਤੇ ਇੱਤਰਾਮ ਕਰਦੇ ਨੇ ਤੁਸਾਂ ਦੀ ਗੱਲ ਮਿਸਾਲ ਦੇਣਾ ਕਿ ਤੁਸੀਂ ਸੁਣ ਕੇ ਅਜ ਮੇਰੇ ਕੋਲ ਆਏ ਹੋ ਤੇ ਇਹ ਬੇਸਿਕ ਅਸਲ ਅਚੀਵਮੈਂਟ ਤੇ ਉਹ ਨਾ ਬੰਦਾ ਤੇ ਮਰ ਜੁਲਦਾ ਲੇਕਿਨ ਉਸ ਦਾ ਕਿਰਦਾਰ ਨਹੀਂ ਮਰਦਾ ਅੱਲਾਹ ਕਰੇ ਕਿ ਕਿਰਦਾਰ ਵਾਲੇ ਲੋਕ ਸਿਆਸਤ ਚ ਚਾਹਣ ਜਿਨ੍ਹਾਂ ਦੇ ਕੋਈ ਕਿਰਦਾਰ ਹੋਵੇ ਜਿਨ੍ਹਾਂ ਦੇ ਕੋਲ ਫੇਰਿਸ਼ ਫਰਕ ਨਾ ਹੋਵੇ ਇਥੇ ਕੋਲ ਫੇਰਿਸ਼ ਬਾਈ ਆਪਣੇ ਵਾਲਦ ਦੇ ਮਿਸ਼ਨ ਆ ਤੁਸੀਂ ਨੇ ਅੱਗੇ ਕਿਉਂ ਨਹੀਂ ਜਾਰੀ ਰੱਖਿਆ ਉਤਮ ਦੇਖੋ ਬੁਨਿਆਦੀ ਚੀਜ਼ ਇਹ ਹੁੰਦੀ ਹੈ ਕਿ ਮਾਸ਼ਰਾ ਕਿਸ ਤਰਫ ਜਾ ਰਿਹਾ ਹੈ ਨਾ ਤੁਸੀਂ ਪੂਰੇ ਪਾਕਿਸਤਾਨ ਵਿੱਚ ਦੇਖ ਕਰੋ ਇਸ ਟਾਈਮ ਕਿਸ ਤਰ੍ਹਾਂ ਦੇ ਸਿਆਸੀ ਮਾਮਲੇ ਚੱਲਦੇ ਨੇ ਪੇ ਸਿਆਸਤ ਚਲਾਣੇ ਵਾਸਤੇ ਕਿ ਕਿ ਤੁਸਾਂ ਰਿਸੋਰਸਸ ਚਾਹੀਦੀਆਂ ਨੇ ਕਿ ਕਿ ਤਰਸ ਚਾਹੀਦੇ ਨੇ ਸਮਝ ਗਿਓ ਨਾ ਉਹ ਥੋੜਾ ਜਿਹਾ ਅਸਾਂ ਵਾਸਤੇ ਮੁਸ਼ਕਿਲ ਹੈ ਅਸਾਂ ਦੀ ਤਰ੍ਹਾਂ ਜਿਹੜੇ ਥੋੜੇ ਲੀਨੀਅਨ ਪਾਲਿਸੀ ਵਾਲੇ ਲੋਕ ਹੈ ਨੇ ਜਿਹੜੇ ਇੱਜ਼ਤ ਨਾਲ ਵਕਤ گزارਨਾ ਚਾਹੁੰਦੇ ਨੇ ਜਿਹੜਾ ਤਨਾਜ਼ਾਦ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਉਹ ਜ਼ਿਆਦਾਤਰ ਕਿਨਾਰਾ ਕਸ਼ ਹੋ ਗਏ ਬਹੁਤ ਸਟਰੋਂਗ ਪੋਲਿਟੀਕਲ ਬੈਕਗ੍ਰਾਉਂਡ ਹੋਣ ਦੇ ਬਾਵਜੂਦ ਅਲਹਮਦੁਲਿਲਾ ਅਲਹਮਦੁਲਿਲਾ ਮੇਰੇ ਜਿੰਨੇ ਵੀ ਅਸਾਂ ਦੇ ਇਲਾਕੇ ਦੇ ਭਰਾ ਦੋਸਤ ਮਿਹਰਬਾਨ ਨੇ ਮਾਣੀ ਯਾਦ ਕਿ ਕੋਈ ਇਲੈਕਸ਼ਨ ਆਇਆ ਹੋਵੇ ਤੇ ਅਸਾਂ ਆਪ ਆਣ ਕੇ ਨਾ ਆਖਿਆ ਹੋਵੇ ਨੇ ਕਿ ਤੁਸੀਂ ਕੰਟੈਸਟ ਕਰੋ ਇਸ ਤੋਂ ਪਹਿਲੇ ਵੀ ਮੈਂ ਸਭ ਕੁਝ ਮਿਸਾਲਾ ਨਹੀਂ ਦਿੱਤੀ ਆਂ ਯਾ ਖੁਦਾ ਬਖਸ਼ੇ ਕੋਈ ਲੋਕ ਪੌਤ ਵੀ ਹੋ ਗਏ ਲੇਕਿਨ ਨਾ ਆਣ ਦੀ ਇੱਕ ਬੁਨਿਆਦੀ ਵਜ੍ਹਾ ਇਹ ਹੀ ਹੈ ਇਸ ਕਨਫਲिक्ट ਦਾ ਐਸਾ ਨਾ ਬੜਨਾ ਚਾਹੰਦੇ ਕਿ ਅੱਜ ਕੱਲ ਦੀ ਸਿਆਸਤ ਤੇ ਪੈਰ ਦੀ ਸਿਆਸਤ ਦੇ ਜ਼ਮੀਨੋ ਰਸਮਾਂ ਦਾ ਫਰਕ ਤੇ ਅੱਲਾ ਕਰਸੀ ਇਸੇ ਚ ਬਿਹਤਰੀ ਆਸੀ ਕਿਉਂਕਿ ਅੱਲਾ ਤਾਲਾ ਦਾ ਇੱਕ ਨਿਜ਼ਾਮ ਹੈ ਬੈ ਨਾ ਇਸ ਟਾਈਮ ਹੱਦ ਤੋਂ ਜ਼ਿਆਦਾ ਬੁਰਾਈ ਹੋ ਜੁਲਦੀ ਹੈ ਖਰਾਬੀ ਹੋ ਜੁਲਦੀ ਹੈ ਫਿਰ ਅੱਲਾ ਉਸ ਬੁਰਾਈ ਵਿੱਚੋਂ ਕੋਈ ਚਾਈ ਪੈਦਾ ਕਰ ਛੋੜਦਾ ਹੈ मिसाल है और बहुत मिसाल नेसिए इंसान बड़े कमजोर हाँ निज़ाम चलता है अल्लाह की रजा नाल इंसान की रजाँ नाल नहीं अगर देखो मुगल अठ सौ साल ज छ साल हुकूमत करके गए कितने नहीं।, नहीं एक नवी श नमी कौम नमा है। आ जुलती है नवा निजाम आ जुलता है ये जी सर दस सची गसा ने खामोशी ने और ਇਦੋਗੁਮਾ ਕਿ ਕੁਏਜੀ ਪਾਰਟੀ ਆ ਕੇ ਸਾਬਤ ਕਰੇ ਕਿ ਆਵਾਮ ਦੀ ਬਲਾਈ ਵੀ ਹੁੰਦੀ ਹੈ ਉਹ ਬੇਤਰੀ ਨਜ਼ਰ ਆਂਦੀ ਹੋਵੇ ਮੈਂ ਬੜੇ ਅਫਸੋਸ ਨਾਲ ਪਿਆਹਨਾ ਕਿ ਇਸ ਟਾਈਮ ਮੌਜੂਦਾ ਹਾਲਾਤ ਇਸ ਲੋਗ ਇੱਕ ਤਰੁੜਾ ਆਟਾ ਵੀ ਨਹੀਂ ਫੋੜ ਕਰ ਰਖਤੇ ਜਿਹੜੀ ਬੁਨਿਆਦੀ ਜ਼ਰੂਰਤ ਹੈ ਕਿਸੇ ਵੀ ਇਨਸਾਨ ਦੀ ਕਿਸੇ ਵੀ ਕਰੇ ਦੀ ਤੇ ਠੀਕ ਠਾਕ ਲੋਗ ਸਫਤ ਬੋਸ਼ੋ ਗੇਂ ਜਿਹੜੇ ਸਫਤ ਬੋਸ਼ੇ ਆ ਉਹ ਚਾਰੋ ਬਿਲਕੁਲ ਖਰਾਬ ਹੋਏ ਬੈਠੇ ਨੇ ਤੇ ਜੀ ਗਵਰਨਸ ਦਾ ਨਿਜ਼ਾਮ ਹੈ اسی ਤਬਦੀਲੀਆਂ ਆਉਣੇ ਚਾਹੀਦੀ ਹੈ ਜਿਹੜਾ ਜਸਟਿਸ ਦਾ ਨਿਜ਼ਾਮ ਹੈ ਸਭ ਤੋਂ ਬੁਨਿਆਦੀ ਗੱਲ ਹੈ ਇਸ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਹੈ ਕੋਈ ਤਜਵੀਨ ਦੇ ਸਕਦੇ ਦੇਖੋ ਅچھے ਬੰਦੇ ਸੈਲੈਕਟ ਕਰਨਾ ਚਾਹੀਦਾ ਹੈ ਅچھے ਬੰਦੇ ਅਗੇ ਆਉਣੇ ਚਾਹੀਦੇ ਸਹੀ ਨੁਮਾਇੰਦੇ ਆਉਣੇ ਚਾਹੀਦੇ ਉਹ ਆ ਨਹੀਂਕਤੇ ਕਿਉਂ ਮੈਜੋਰਟੀ ਜਿਹੜੀ ਉਹ ਜ਼ੋਰਵਰ ਲੋਕ ਬੈਠੇ ਪੈਸੇ ਦੇ ਲੋਕ ਬੈਠੇ ਪੈਸਾ ਲਾ ਕੇ ਅਗੇ ਆ ਜੁਲਦਨ ਸਮਝ ਗਿਓ ਤੇ ਇਹ ਅਸਾਂ ਖੁਦ ਆਵਾਮਾਂ ਮੇਰੀ ਆਪਣੀ ਜ਼ਾਤ ਆਵਾਮ ਅਸਾਂ ਖੁਦ ਇੱਕ ਇਕ ਫੈਸਲਾ ਕਰਨਾ ਪੈਸੀ ਇੱਕ ਡਿਸੀਜਨ ਲੈਣਾ ਪੈਸੀ ਇਹਨਾਂ ਨਿਯਮਾਂ ਤਬਦੀਲ ਕਰਨੇ ਹਸਤੇ ਬਰ ਉਹ ਆ ਕੇ ਕਿਸੇ ਨੇ ਨਹੀਂ ਕਰਨਾ ਜਾਂ ਤੱਕ ਅਸੀਂ ਆਪ ਖੁਦ ਇਸ ਬਾਰੇ ਵਿੱਚ ਕੋਈ ਥੋਸ ਕਦਮ ਨਾ ਕਿੰਦੇ ਅਮਲ ਦਰ آمد ਨਾ ਕਰ ਲੇ ਮਾਮਲੇ ਉਤੇ ਬਹੁਤ ਮੁਸ਼ਕਲ ਹੈ ਇਹ ਤਬਦੀਲੀ ਆ ਵੀ ਨਿਯਮ ਬੜਾ ਮਸ਼ਕੂਰ ਹੈ ਜਨਾਬ ਇਹਨਾਂ ਪਰਾਵਾਂ ਦੀ ਮਿਹਰਬਾਨੀਆਂ ਨੇ ਔਰ ਇਸ ਕਾਬਲ ਸਮਝੀ ਨੇ ਮੈਂ ਫਿਰ ਆਪਣੀ ਗੱਲ ਦੁਹਰਾਸਾਂ ਕਿ ਕੁਝ ਵਜੂਹਾਂ ਆਤ ਐ ਨਹੀਂ ਜੀਆਂ ਜਿਹੜੀਆਂ ਕਿ ਇਸ ਪਿਛਾੜੇ ਆਂਦੀਆਂ ਉਹ ਮੈਂ ਸਨਲ ਗੁਜ਼ਾਰਿਸ਼ ਕਰ ਚੁੱਕੇ ਆ ਪਹਿਲੇ ਵੀ ਇੱਕ ਟਾਈਮ ਆਸੀ ਅਲਾ ਮਨਜ਼ੂਰ ਹੋਇਆ ਤੇ ਰੱਬ ਦੀ ਤਰਫ ਹੁੰਦਾ ਹੈ ਨਾ ਅੱਛਾ ਵਾਲਦ ਸਾਹਿਬ ਦੀਆਂ ਉਹ ਯਾਦਗਾਰ ਗਲਾਂ ਜਿਹੜੀਆਂ ਹੁਣ ਤੱਕ ਤੁਸੀਂ ਨਾ ਬੋਲ ਪਾਏ ਹੋ ਉਸ ਵਿੱਚ ਕੋਈ ਇੱਕਤ ਤੁਸੀਂ ਨਜ਼ਰੀਨਾ ਦੱਸੋ ਯਾਰ ਜੀ ਅਸਾਂ ਅੱਲਾ ਬਖਸ਼ੇ ਆਪਣੇ ਵਾਲਦ ਸਾਹਿਬ ਮਾ ਦੇਖਿਆ ਹੈ ਸਾਵੀ ਬੁਨਿਆਦਾਂ ਹੋਤੇ ਹਰ ਬੰਦੇ ਨਾਲ ਪਿਆਰਿਆ ਔਰ ਜੋ ਜਿਸ ਨਾਲ ਕਰਕ ਦੇ ਰਾਤੀ ਨੂੰ 12 ਵਜੇ ਵੀ ਆਇਆ ਹੈ ਤਾਂ ਉਸ ਹੱਥੀ ਵੀ ਉੱਠ ਕੇ ਬਹਿਰੇ ਕਿਰੇ ਟੈਲੀਫੋਨ ਕਰਨਾ ਪਿਆ ਕਿਰੇ ਰੁਕਾ ਦੇਣਾ ਪਿਆ ਕਿਰੇ ਬੁਲਾ ਕੇ ਤਸਵੀਆ ਕਰਾਣਾ ਪਿਆ ਕਿਸੇ ਦੀ ਨੌਕਰੀ ਦਾ ਮਸਲਾ ਹੈ ਕਿਸੇ ਦਾ ਕੋਈ ਹੋਰ ਕੰਮ ਫਸਿਆ ਹੈ ਕਿਸੇ ਖਾਮੋਨ ਵੀ ਦਾ ਤਨਾਜ਼ਾ ਹੈ ਕਿਸੇ ਪੜਣਾ ਪਰਵਾ ਦਾ ਤਨਾਜ਼ਾ ਹੈ ਇਥੇ ਅਸਾਂ ਕੋਲੀ ਹੁੰਦੇ ਇਵਨ ਕਿ ਕਤਲ ਦੇ ਵੀ ਕੋਈ ਮਸਲੇ ਮਸਾਇਲ ਹੁੰਦੇ ਤੇ ਉਹ ਵੀ ਆਪ ਕਰਦੇ ਹੁੰਦੇ ਤੇ ਅੱਲਾ ਨੇ ਉਹਨਾਂ ਇੱਜ਼ਤ ਦਿੱਤੀ ਦੀ ਕਿ ਲੋਕਾਂ ਨੂੰ ਨਾ ਵੀ ਨਹੀਂ ਕਰਦੇ ਇੱਕ ਜਿਹੜੇ ਫੈਸਲਾ ਕਰ ਸੁਣਨ ਤੇ ਸਭ ਬਿਸਮਿਲਲਾ ਸਾਰੇ ਕਬੂਲ ਕਰਦੇ ਇਹ ਸਭ ਤੋਂ ਵੱਡਾ ਉਹਨਾਂ ਦੀ ਕਾਮਯਾਬੀ ਹੈ ਅੱਛਾ ਤੁਸੀਂ ਦੇ ਵਾਲਾ ਸਾਹਿਬ ਦਾ ਨਾਂ ਅੱਛਿਆ ਨਾਵਾਂ ਵਿੱਚ ਯਾਦ ਕੀਤਾ ਜਾਂਦਾ ਹੈ ਔਰ ਪੂਰੇ ਜ਼ਿਲ੍ਹਾ ਰਿਪੋਰ ਕੇ ਪੀ ਕੇ ਪੂਰੇ ਪਾਕਿਸਤਾਨ ਵਿੱਚ ਯਾਦ ਕੀਤਾ ਜਾਂਦਾ ਹੈ ਔਰ ਤੁਸੀਂ ਉਹਨਾਂ ਦੇ ਚਾਣੇ ਵਾਲਿਆਂ ਨੂੰ ਪੇਗਾਮ ਦੇਣਾ ਚਾਹੋ ਮੈਂ ਸਭ ਤੋਂ ਪਹਿਲੇ ਜਨਾਬ ਅੱਲਾਹ ਤਾਲਾ ਸਾਰਿਆਂ ਖੁਸ਼ਹਾਲ ਤੇ ਆਬਾਦ ਰੱਖੇ ਜੀ ਇਹ ਉਹਨਾਂ ਦੀ ਮਹਬਤਾ ਨੇ ਅੱਜ ਦੇ ਦੌਰ ਅਗਰ ਦੇਖਾਂ ਔਰ ਉਹਨਾਂ ਦੀ ਬੜੀ ਗੈਰ ਯਕੀਨੀ ਵਾਲੀ ਸੂਰਤ ਹਾਲ ਹੈ ਕਿ ਬੜੀ ਨਫਸ ਨਫਸੀ ਦਾ ਦੌਰ ਹੈ ਤੁਸੀਂ ਹੁਣ ਸਰਵੇ ਕਰਕੇ ਆਏ ਹੋ ਰეკਮੈਂਡੇਸ਼ਨਸ ਕਿੰਨੇ ਆਏ ਹੋ ਤੇ ਤੁਸਾਂ ਕੁਝ ਨਾ ਕੁਝ ਅੰਦਾਜ਼ਾ ਹੋ ਗਿਆ ਹੋਸੀ ਕਿ ਉਹਨਾਂ ਦੀ ਕਿਹ ਕਮਾਈਆਂ ਨੇ ਕਿ ਜਿਹੜੇ ਅਸੀਂ ਵੀ ਅੱਜ ਖਾਨੇ ਆ ਅੱਜ ਅਸਾਂ ਇਸ ਕਾਬਲ ਉਹਨਾਂ ਦੀ ਕਮਾਈਆਂ ਵਧਾਇਆ ਹੈ ਕਿ ਤੁਸੀਂ ਅਸਾਂ ਦਾ ਇੰਟਰਵਿਊ ਪੇਤੇ ਕਰਦੇ ਹੋ ਤੇ ਅੱਲਾ ਅਸਾਂ ਵੀ ਇਸ ਕਾਬਲ ਕਰੇ ਕਿ ਜਿਹੜੇ ਇੱਜ਼ਤ ਪੇ ਕਰਦੇ ਉਹਨਾਂ ਦੀ ਵੀ ਐਸੀ ਵੀ ਕੋ ਖਿਦਮਤ ਕਰਾ ਕਾ ਔਰ ਅੱਲਾ ਕਰਸੀ ਇਨਸ਼ਾ ਅੱਲਾ ਇੱਕ ਟਾਈਮ ਆਸੀ ਅੱਲਾ ਅਸਾਂ ਵੀ ਮੌਕਾ ਦੇਸੀ ਖਿਦਮਤ ਦਾ ਔਰ ਹੁਣ ਵੀ ਜਿਸ ਕਾਬਲ ਹੈ ਹਾਜ਼ਰ ਹੈ ਇਨਸ਼ਾ ਅੱਲਾ ਲੋਗੋ ਦੀ ਖਿਦਮਤ ਕਰਨੇ ਆ ਇਸ ਸਭ ਮੁਫਤਾਂ ਦੀ ਘੇੜ ਹੈ ਸਾਰੀ ਉਹਨਾਂ ਦੀ सब मुफता देख साढ़े नौजूद है सबक डिप्टी स्पीकर के पी के बेटे कादर नवाज खान और मरहूम मोहम्मद नवाज़ खान दे बेटे जिन्होंने गुफ्तगू की अपने वालद ए मोहतरम यादा फिर दोबारा सच आवाज़ टीवी ताजा की वसात न उन्होंने ताज़ा किए हैं नेर उन्हाम दिता है अपने वालद ग्रामी के जो दोस्त ने मौसम ने उन्हें पैगाम दता है साढ़े प्रोग्राम का वक्त खत्म हो चुका है इजाज़त चाहा अल्लाह हाफिज़